ਮੋਦੀ ਜੀ ਸੱਤਾ ਦੇ ਵਿੱਚ ਆਏ ਨੇ। ਇਸ ਤਰ੍ਹਾਂ ਦੀਆਂ ਬੜੀਆਂ ਧਾਰਨਾ ਜਿਹੜੀਆਂ ਦੇਖਣ ਨੂੰ ਮਿਲਦੀਆਂ, ਜਿੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ, ਇੱਕ ਡਿਕਟੇਟਰਸ਼ਿਪ ਵਾਲੇ ਰਵੱਈਏ ਦਾ ਜਿਹੜਾ ਇਸਤੇਮਾਲ ਹੈ ਉਹ ਕੀਤਾ ਗਿਆ, ਅਤੇ ਹੁਣ ਵੀ ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਦੇ ਜਿਹੜੇ ਰਵੱਈਏ ਦਾ ਇਸਤੇਮਾਲ ਕੀਤਾ ਜਾ ਰਿਹਾ। ਇੱਕ ਵਾਰ ਨਹੀਂ ਹੋਇਆ ਜੀ, ਪਹਿਲਾਂ ਹਰਿਆਣੇ 'ਚ ਇਹਨਾਂ ਦੀ ਸਰਕਾਰ ਹੈ, ਲਗਾਤਾਰ ਪੇਪਰ ਲੀਕ ਹੋ ਰਹੇ, ਗੁਜਰਾਤ 'ਚ ਪੇਪਰ ਲੀਕ ਹੋ ਰਿਹਾ, ਤਮਾਮ BJP ਰੂਲ ਸਟੇਟਾਂ 'ਚ ਲਗਾਤਾਰ ਪਰੰਪਰਾ ਹੀ ਬਣ ਗਈ ਹੈ, ਅਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਉਹ ਬਾਜਵਾ ਸਾਹਿਬ ਬੜੇ ਮਤਲਬ ਊਲ ਜਲੂਲ ਬਿਆਨ ਦੇਣ ਲਈ ਜਾਣੇ ਜਾਂਦੇ ਆ, ਹਾਲਾਂਕਿ ਆਪ ਉਹ ਲਗਾਤਾਰ ਜੁੜਨ ਦਾ ਪੂਰਾ ਇੱਕ ਤਰੀਕਾ ਤੌਰ ਤਰੀਕਾ ਹੈ ਉਹ BJP ਦੇ ਏਜੰਟ ਵਾਲੇ ਹੀ ਰਹੇ। ਭਗਵੰਤ ਮਾਨ ਜਿਹੜੇ ਨੇ ਏਕਨਾਥ ਸ਼ਿੰਦੇ ਬਣਨਗੇ ਪੰਜਾਬ ਦੇ, ਬਾਜਵਾ ਸਾਹਿਬ ਨੂੰ ਆਪਦੇ ਭਰਾ ਦਾ ਤਾਂ ਪਤਾ ਨਹੀਂ ਲੱਗਿਆ ਵੀ ਉਹ BJP ਨਾਲ ਕਦੋਂ ਟੱਚ ਹੋ ਗਿਆ, ਅਤੇ ਆਮ ਆਦਮੀ ਪਾਰਟੀ ਦੇ MLA ਦਾ 2 ਸਾਲ ਤੋਂ ਰੋਜ਼ ਜਿਹੜੇ ਆ ਬਿਆਨ ਜਿਹੜੇ ਆ ਉਹ ਦਿੰਦੇ ਆ। ਮੇਰੇ ਨਾਲ ਆਮ ਆਦਮੀ ਪਾਰਟੀ ਦੇ 2 ਸਾਂਸਦ ਮੌਜੂਦ ਨੇ, ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ, ਉਹਨਾਂ ਨਾਲ ਗੱਲ ਕਰਾਂਗੇ। ਸੰਸਦ ਦਾ ਸੱਤਰ ਸ਼ੁਰੂ ਹੋਣ ਜਾ ਰਿਹਾ ਭਾਅ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਇਸ ਨਵੀਂ ਸ਼ੁਰੂਆਤ ਲਈ। ਅੱਜ ਪ੍ਰੋਟੈਸਟ ਹੋਣਾ ਹੈ ਨੀਟ ਦਾ ਐਗਜ਼ਾਮ, ਨੀਟ PG ਦਾ, ਨੈਟ ਦਾ ਐਗਜ਼ਾਮ, ਵੱਡਾ ਮੁੱਦਾ। ਬਹੁਤ ਵੱਡਾ ਮੁੱਦਾ ਜੀ, ਕਿਉਂਕਿ ਲੱਖਾਂ ਬੱਚਿਆਂ ਦੇ ਜਿਹੜੇ ਭਵਿੱਖ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਕੀਤਾ ਗਿਆ। ਉਸ ਤੋਂ ਬਾਅਦ ਇਹ ਕਹਿ ਦੇਣਾ ਖਿਲਵਾੜ ਕਰਕੇ, ਕਾਰਸ਼ਤਾਨੀ ਕਰਕੇ ਵੀ ਜੀ ਠੀਕ ਹੈ, ਅਸੀਂ ਜਿਹੜਾ ਪੋਸਟ ਨੀਟ ਵਾਲਾ ਜਿਹੜਾ ਇਹਨਾਂ ਨੇ ਗ੍ਰੈਜੂਏਸ਼ਨ ਵਾਲਾ ਜਿਹੜਾ ਐਗਜ਼ਾਮ ਹੈ ਉਹ ਕੈਂਸਲ ਕਰਤਾ, ਪੋਸਟਪੋਨ ਕਰਤਾ। ਬਟ ਤੁਸੀਂ ਦੇਖੋ ਵੀ ਜਿਹੜੇ ਇਹ ਬੱਚੇ ਤਿਆਰੀ ਕਰ ਰਹੇ ਸੀ ਉਹਨਾਂ ਦਾ ਕੀ, ਜਾਂ ਜਿਨ੍ਹਾਂ ਨੇ ਪਹਿਲਾਂ ਨੀਟ ਦਾ ਐਗਜ਼ਾਮ ਦਿੱਤਾ, ਜੇ ਹੁਣ ਤੁਸੀਂ ਕੈਂਸਲ ਵੀ ਕਰਦੇ ਹੋ ਤਾਂ ਜਿਹੜੇ ਇੰਨੇ ਧਰਨਿਆਂ 'ਚ ਉਹਨਾਂ ਦਿਨ ਖਰਾਬ ਹੋਏ, ਜਾਂ ਜਿਹੜੇ ਬੱਚਿਆਂ ਨੇ ਪਹਿਲਾਂ ਇੰਨੀ ਮਿਹਨਤ ਕੀਤੀ ਸੀ ਉਹਨਾਂ ਦਾ ਜਿਹੜਾ ਸਮਾਂ ਇਹ ਬਰਬਾਦ ਹੋਇਆ। ਠੀਕ ਹੈ, ਇਹ ਨਹੀਂ ਹੁੰਦਾ ਵੀ ਜੇ ਠੀਕ ਹੈ ਚੋਰੀ ਹੋ ਗਈ ਉਦੋਂ ਬਾਅਦ ਬੰਦਾ ਕਹਿ ਦੇ ਵੀ ਹਾਂ ਠੀਕ ਹੈ ਜੀ ਹੁਣ ਚੋਰੀ ਜਿਹੜੀ ਹੈ ਸਮਾਨ ਹੈ ਜਿਹੜਾ ਉਹ ਵਾਪਸ ਕਰ ਦਿੰਦੇ ਹਾਂ। ਚੋਰੀ ਦੀ ਜਿਹੜੀ ਸਜ਼ਾ ਉਹ ਹੁੰਦੀ ਹੈ। ਸੋ ਇਹ ਪਹਿਲੀ ਵਾਰ ਨਹੀਂ, ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਮਸਲੇ ਆ ਹੁੰਦੇ ਆਏ ਆ, ਇਹਨਾਂ 'ਤੇ ਮੈਨੂੰ ਲੱਗਦਾ ਵੀ ਜਿਹੜੇ ਵੀ ਲੋਕ ਜ਼ਿੰਮੇਵਾਰ ਨੇ ਉਹਨਾਂ 'ਤੇ ਸਖ਼ਤ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਅਤੇ ਇਹਦੇ 'ਤੇ ਮੈਂ ਮੰਨਦਾ ਕਿ ਸਿੱਧੇ ਤੌਰ 'ਤੇ ਜਿਹੜੀ ਸਰਕਾਰ ਕੇਂਦਰ 'ਚ ਜਿਹਦਾ ਰਾਜ ਆ ਉਹ ਜ਼ਿੰਮੇਵਾਰ। ਪ੍ਰੋਟਮ ਸਪੀਕਰ ਨੂੰ ਲੈ ਕੇ ਵੀ ਗੱਲ 'ਚ ਉੱਠ ਰਹੀ ਹੈ ਕਿ ਪ੍ਰੋਟਮ ਸਪੀਕਰ ਨੂੰ ਲੈ ਕੇ ਵੀ ਵਿਰੋਧ ਹੋ ਰਿਹਾ। ਦੇਖੋ, ਇੱਕ ਦੇਸ਼ 'ਚ ਲੋਕ ਬੜੀਆਂ ਚੀਜ਼ਾਂ ਪਰੰਪਰਾ ਦੇ ਨਾਲ ਜਿਹੜੀਆਂ ਚੱਲਦੀਆਂ ਨੇਗੀਆਂ। ਇਹ ਹੁੰਦਾ ਕਿ ਜਿਹੜੇ ਸੀਨੀਅਰ ਜਿਹੜਾ ਸਭ ਤੋਂ ਮੈਂਬਰ ਹੁੰਦਾ ਉਹਨੂੰ ਪ੍ਰੋਟਮ ਸਪੀਕਰ ਜਿਹੜਾ ਉਹ ਬਣਾਇਆ ਜਾਂਦਾ, ਅਤੇ ਸਾਡਾ ਮੰਨਣਾ ਹੈ ਕਿ ਜਿਹੜੀ ਪਰੰਪਰਾ ਚੱਲਦੀ ਹੈ ਲੋਕ ਸਭਾ 'ਚ ਉਹਨੂੰ ਫੋਲੋ ਕਰਨਾ ਚਾਹੀਦਾ, ਅਤੇ BJP ਨਹੀਂ ਫੋਲੋ ਕਰ ਰਹੀ। ਇਹ ਕੋਈ ਨਵੀਂ ਗੱਲ ਨਹੀਂ, ਪਹਿਲਾਂ ਵੀ ਉਸ ਤਰ੍ਹਾਂ ਕਰਦੇ ਆਏ ਆ। ਜਦੋਂ ਤੋਂ 2014 ਤੋਂ BJP ਸਰਕਾਰ ਆਈ ਹੈ, ਮੋਦੀ ਜੀ ਸੱਤਾ ਦੇ ਵਿੱਚ ਆਏ ਨੇ, ਇਸ ਤਰ੍ਹਾਂ ਦੀਆਂ ਬੜੀਆਂ ਧਾਰਨਾ ਜਿਹੜੀਆਂ ਦੇਖਣ ਨੂੰ ਮਿਲਦੀਆਂ, ਜਿੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ, ਇੱਕ ਡਿਕਟੇਟਰਸ਼ਿਪ ਵਾਲੇ ਰਵੱਈਏ ਦਾ ਜਿਹੜਾ ਇਸਤੇਮਾਲ ਹੈ ਉਹ ਕੀਤਾ ਗਿਆ, ਅਤੇ ਹੁਣ ਵੀ ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਦੇ ਜਿਹੜੇ ਰਵੱਈਏ ਦਾ ਇਸਤੇਮਾਲ ਕੀਤਾ ਜਾ ਰਿਹਾ। ਕੰਗ ਸਾਹਿਬ, ਜਿਵੇਂ ਹੇਅਰ ਸਾਹਿਬ ਕਹਿ ਰਹੇ ਆ ਕਿ ਇਹ ਤਾਨਾਸ਼ਾਹੀ ਰਵੱਈਆ ਹੈ, ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਰਵੱਈਏ ਨੂੰ? ਸਰਕਾਰ ਕਹਿੰਦੀ ਹੈ ਕੁਛ ਗਲਤ ਨਹੀਂ ਹੋਇਆ, ਜਿਹੜੇ ਦੋਸ਼ੀ ਨੂੰ ਛੱਡੇ ਨਹੀਂ ਜਾਣਗੇ ਨੀਟ ਦੇ ਮੁੱਦੇ 'ਤੇ। ਇੱਕ ਵਾਰ ਨਹੀਂ ਹੋਇਆ ਜੀ, ਪਹਿਲਾਂ ਹਰਿਆਣੇ 'ਚ ਇਹਨਾਂ ਦੀ ਸਰਕਾਰ ਹੈ, ਲਗਾਤਾਰ ਪੇਪਰ ਲੀਕ ਹੋ ਰਹੇ, ਗੁਜਰਾਤ 'ਚ ਪੇਪਰ ਲੀਕ ਹੋ ਰਹੇ, ਤਮਾਮ BJP ਰੂਲ ਸਟੇਟਾਂ 'ਚ ਲਗਾਤਾਰ ਪਰੰਪਰਾ ਹੀ ਬਣ ਗਈ ਹੈ, ਅਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਔਰ ਹੁਣ ਜਿਸ ਤਰ੍ਹਾਂ ਨੀਟ ਦਾ ਮੀਤ ਜੀ ਨੇ ਦੱਸਿਆ ਹੀ ਹੈ ਤੁਹਾਡੇ ਸਾਹਮਣੇ, ਇਹ ਆਪਣੇ ਆਪ 'ਚ ਪੂਰੇ ਮੁਲਕ ਦੇ ਨੌਜਵਾਨਾਂ ਦੇ ਭਵਿੱਖ ਨੂੰ ਜਿਹੜਾ ਹੈ ਇਹਨਾਂ ਨੇ ਹਨੇਰੇ 'ਚ ਪਾ ਦਿੱਤਾ। ਕਾਂਗਰਸ ਨਾਲ ਵੱਖਰੇ ਹੋ ਕੇ ਇਲੈਕਸ਼ਨ ਲੜਿਆ ਸੀ, ਅੱਜ ਕਾਂਗਰਸ ਦੇ ਨਾਲ ਰਲ ਕੇ ਪ੍ਰਦਰਸ਼ਨ ਕਰਨ ਜਾ ਰਹੇ ਹੋ? ਦੇਖੋ, ਫਰੋਮ ਦਾ ਫਸਟ ਡੇ ਸਾਡਾ ਇਹ ਸਟੈਂਡ ਰਿਹਾ ਕਿ ਜਿੱਥੇ ਦੇਸ਼ ਹਿੱਤ ਦੀ ਗੱਲ ਆਊਗੀ ਉੱਥੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਜਿਹੜਾ ਆ ਆਮ ਆਦਮੀ ਪਾਰਟੀ ਕੰਮ ਕਰੂਗੀ, ਉਹ ਡੈਫੀਨੇਟਲੀ, ਅਦਰਵਾਈਜ਼ ਉਹ ਅਲੱਗ ਪਾਰਟੀ, ਅਸੀਂ ਅਲੱਗ। ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਕਿ 45 MLA ਜਿਹੜੇ ਨੇ ਉਹ BJP ਦੇ ਸਿੱਧੇ ਸੰਪਰਕ 'ਚ ਨੇ ਆਮ ਆਦਮੀ ਪਾਰਟੀ ਦੇ। ਦੇਖੋ, ਬਾਜਵਾ ਸਾਹਿਬ ਬੜੇ ਮਤਲਬ ਊਲ ਜਲੂਲ ਬਿਆਨ ਦੇਣ ਲਈ ਜਾਣੇ ਜਾਂਦੇ ਆ, ਹਾਲਾਂਕਿ ਆਪ ਉਹ ਲਗਾਤਾਰ ਜੁੜਨ ਦਾ ਪੂਰਾ ਇੱਕ ਤਰੀਕਾ ਤੌਰ ਤਰੀਕਾ ਹੈ ਉਹ BJP ਦੇ ਏਜੰਟ ਵਾਲਾ ਹੀ ਰਿਹਾ। ਕੀ ਤੁਸੀਂ ਮਨ ਲੱਗਦਾ ਤੁਹਾਨੂੰ ਕਿ ਇਹ ਆਪਰੇਸ਼ਨ ਲੋਟਸ ਪੰਜਾਬ 'ਚ ਕਾਮਯਾਬ ਹੋਇਆ ਕਿਤੇ? ਨਹੀਂ, ਹੋਣ ਨਹੀਂ ਦਿੱਤਾ ਜਾਊਗਾ, ਇਹਨਾਂ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਹੈ, ਔਰ ਬਾਜਵਾ ਸਾਹਿਬ ਵੀ ਨਾਲ ਰਲੇ ਹੋਏ ਆ, 12 ਪੌੜੀਆਂ ਚੜ੍ਹ ਕੇ ਅਤੇ BJP ਦੇ ਨਾਲ ਰਲੇ ਆ,
ਲੇਕਿਨ ਆਮ ਆਦਮੀ ਪਾਰਟੀ ਇਹਨਾਂ ਦਾ ਆਪਰੇਸ਼ਨ ਲੋਟਸ ਨੂੰ ਫੇਲ ਕੀਤਾ ਹੈ। ਬਹੁਤ ਧੰਨਵਾਦ ਮੀਤ, ਤੁਹਾਡੇ ਕੋਲ ਇੱਕ ਸਵਾਲ ਜਾਂਦੇ ਜਾਂਦੇ ਜ਼ਰੂਰ ਲਵਾਂਗੇ। ਬਾਜਵਾ ਸਾਹਿਬ ਜਿਹੜਾ ਸਵਾਲ ਚੁੱਕ ਰਹੇ ਨੇ ਕਿ 45 MLA ਜਿਹੜੇ ਨੇ ਉਹ ਸਿੱਧੇ ਤੌਰ 'ਤੇ ਜੁੜੇ ਹੋਏ ਨੇ BJP ਦੇ ਨਾਲ, ਉਹ ਟੱਚ ਨੇ, ਅਤੇ ਭਗਵੰਤ ਮਾਨ ਜਿਹੜੇ ਨੇ ਉਹ ਏਕਨਾਥ ਸ਼ਿੰਦੇ ਬਣਨਗੇ ਪੰਜਾਬ ਦੇ। ਬਾਜਵਾ ਸਾਹਿਬ ਨੂੰ ਆਪਦੇ ਭਰਾ ਦਾ ਪਤਾ ਨਹੀਂ ਲੱਗਿਆ ਵੀ ਉਹ BJP ਨਾਲ ਕਦੋਂ ਟੱਚ ਹੋ ਗਿਆ, ਅਤੇ ਆਮ ਆਦਮੀ ਪਾਰਟੀ ਦੇ MLA ਦਾ 2 ਸਾਲ ਤੋਂ ਰੋਜ਼ ਜਿਹੜੇ ਆ ਬਿਆਨ ਜਿਹੜੇ ਆ ਉਹ ਦਿੰਦੇ ਆ। ਅਸਲ 'ਚ ਨਾ ਇਹ ਕਿਉਂਕਿ ਬਾਜਵਾ ਸਾਹਿਬ ਦੀ ਬੜੀ ਨੇੜਤਾ BJP ਨਾਲ ਪਹਿਲਾਂ ਵੀ ਰਹੀ ਹੈ ਅਤੇ ਅੱਜ ਦੀ ਘੜੀ ਵੀ ਨੇੜਤਾ, ਇਹ ਤਾਂ ਕਾਂਗਰਸ ਦੇ MLA ਨਹੀਂ ਪੂਰੇ ਹੁੰਦੇ ਕਿਉਂਕਿ MLA ਬੜੇ ਘੱਟ ਨੇ, ਜੇ ਕਿਤੇ 40 ਤੋਂ ਉੱਪਰ ਹੁੰਦੇ ਤਾਂ ਬਾਜਵਾ ਸਾਹਿਬ ਕਦੋਂ ਦੇ ਉਹਨਾਂ 'ਚੋਂ ਤੋੜ ਕੇ BJP ਸ਼ਾਮਿਲ ਹੋ ਗਏ ਹੁੰਦੇ। ਬਹੁਤ ਧੰਨਵਾਦ, ਅਤੇ ਇਹ ਸਨ ਆਮ ਆਦਮੀ ਪਾਰਟੀ ਦੇ 2 ਸਾਂਸਦ ਸਾਡੇ ਨਾਲ ਜਿਹੜੇ ਕਿ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਕੈਮਰਾਮੈਨ ਪ੍ਰਵੀਨ ਦੇ ਨਾਲ ਹਰਪ ਸਿੰਘ, PTC ਨਿਊਜ਼, ਦਿੱਲੀ।